ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰੀਤ ਹਰਪਾਲ। ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਆਈ ਹੋਪ ਕਿ ਤੁਸੀਂ ਸਾਰੇ ਰਾਜੀ ਬਾਜੀ ਹੋਵੋਗੇ, ਵਧੀਆ ਹੋ। ਅਤੇ ਮੈਂ ਥੋੜ੍ਹਾ ਟਾਈਮ ਪਹਿਲਾਂ ਇੱਕ ਨਿਊਜ਼ ਦੇਖ ਰਿਹਾ ਸੀਗਾ, ਨਿਊਜ਼ 18 ਸ਼ਾਇਦ, ਅਤੇ ਲਿਵਿੰਗ ਇੰਡੀਆ। ਬਹੁਤ ਮਨ ਦੁਖੀ ਕੀਤਾ ਇਹਨਾਂ ਨੇ ਅੱਜ। ਅਸੀਂ ਗੱਲ ਕੀ ਹੋਈ ਕਿ ਅਸੀਂ ਅੱਜ ਮੋਹਾਲੀ ਆਉਣਾ ਸੀਗਾ ਕਿਸੇ ਕੰਮ 'ਤੇ, ਨਾਲ ਫੈਮਿਲੀ ਸੀਗੀ। ਅਸੀਂ ਜਲੰਧਰ ਇੱਕ ਬੈਂਕ ਦੇ ਮੂਹਰੇ ਰੁਕੇ ਹਾਂ ਅਤੇ ਮੈਂ ਗੱਡੀ ਬੰਦ ਕਰ ਲਈ। ਮੈਂ ਕਿਹਾ ਚਲੋ ਬਾਹਰੋਂ, ਕੋਈ ਜਿਵੇਂ ਅੱਜ ਕੱਲ੍ਹ ਵਾਇਰਸ ਦਾ ਟਾਈਮ ਆ, ਬਾਹਰੋਂ ਹਵਾ ਅੰਦਰ ਆਉਂਦੀ ਹੈ ਤਾਂ ਆਪਾਂ ਗੱਡੀ ਬੰਦ ਕਰ ਲੈਂਦੇ ਹਾਂ। ਅਤੇ ਬੱਚੇ ਰੌਲਾ ਪਾਉਣ ਲੱਗ ਗਏ ਕਿ ਤੁਸੀਂ ਗੱਡੀ ਬੰਦ ਕਰਤੀ ਹੈ, ਗਰਮੀ ਬਹੁਤ ਲੱਗ ਰਹੀ ਹੈ, ਹੈ ਨਾ। ਅਤੇ ਮੈਂ ਕਿਹਾ ਤੁਹਾਨੂੰ ਪਤਾ ਹੀ ਨਾ ਕਿ ਪ੍ਰੋਬਲਮ ਚੱਲ ਰਹੀ ਹੈ ਬਾਹਰ। ਅਤੇ ਨਾਲ ਹੀ ਗੱਲ ਇੱਥੇ ਸ਼ੁਰੂ ਹੋ ਗਈ ਕਿ ਚੰਗਾ ਸਬਕ ਸਿਖਾ ਰਿਹਾ ਪਰਮਾਤਮਾ ਲੋਕਾਂ ਨੂੰ, ਕਿਉਂਕਿ ਲੋਕਾਂ ਨੇ ਮਤਲਬ ਅੱਤ ਵੀ ਬੜੀ ਕੀਤੀ ਹੋਈ ਸੀਗੀ, ਹੈ ਨਾ। ਅਤੇ ਜਨਰਲੀ ਜਿਵੇਂ ਆਪਾਂ ਫੈਮਿਲੀ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਹਾਂ, ਮੈਂ ਕਿਹਾ ਹਾਂ ਹਾਂ ਬੁੱਤ, ਮੈਂ ਕਿਹਾ ਕਰੋਨਾ ਕਰਾਤੀ ਇੱਕ ਵਾਰੀ ਬਾਬੇ ਨਾਨਕੇ, ਮੈਂ ਕਿਹਾ ਚੰਗਾ ਅੰਦਰ ਤਾੜੇ ਆ ਲੋਕ, ਹੈ ਨਾ। ਸੋ ਕਰੋਨਾ ਕਰਾਤੀ ਬਾਬੇ ਨਾਨਕ ਨੇ ਅਤੇ ਨਵੀਂ ਭਸੂੜੀ ਪਾਤੀ, ਆਹ ਦੋ ਲਾਈਨਾਂ। ਵੈਸੇ ਹੀ ਜਨਰਲੀ ਉੱਦਾਂ ਹੀ ਬੈਠਿਆਂ ਬੈਠੇ ਅਸੀਂ ਟਿਕਟੋਕ 'ਤੇ ਪਾਤੀਆਂ, ਹੈ ਨਾ। ਥੋੜ੍ਹੇ ਟਾਈਮ ਬਾਅਦ ਮੈਂ ਡਰਾਈਵ ਕਰ ਰਿਹਾ ਸੀਗਾ, ਮੈਂ ਚੱਲਦੀ ਗੱਡੀ 'ਚ ਮੈਂ ਮਾੜਾ ਜਿਹਾ ਚੈੱਕ ਕੀਤਾ, ਮੈਂ ਕਿਹਾ ਦੇਖਾਂ। ਵੈਸੇ ਜਨਰਲੀ ਜਿੱਦਾਂ ਹਰੇਕ ਆਰਟਿਸਟ ਹੀ ਸੋਚਦਾ ਹੁੰਦਾ ਕਿ ਵੇਖਿਆ ਕੀ ਲੋਕਾਂ ਨੇ ਲਿਖਿਆ ਥੱਲੇ, ਉਹ ਥੱਲੇ 2-4-5 ਕਮੈਂਟ ਮੈਂ ਵੇਖੇ, ਮੈਨੂੰ ਲੱਗਿਆ ਕਿ ਥੋੜ੍ਹੇ ਨੈਗੇਟਿਵ ਜਾ ਰਹੇ ਆ ਲੋਕ, ਮੈਂ ਡਿਲੀਟ ਕਰਤੀ ਉਹ, ਹੈ ਨਾ। ਔਰ ਜਦੋਂ ਮੈਂ ਮੋਹਾਲੀ ਪਹੁੰਚਿਆ ਤਾਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਆਪਣਾ ਮੇਰੇ ਜਿਹੜੇ ਔਫਿਸ ਦੇ ਮੁੰਡੇ ਨੇ ਔਫਿਸ਼ਲ ਜਿਹੜਾ ਨੰਬਰ ਹੈਗਾ ਉਹਦੇ 'ਤੇ, ਫਿਰ ਮੈਂ ਤਾਂ ਕੁਛ ਨਹੀਂ ਕਿਹਾ। ਅਤੇ ਮੈਂ ਮਤਲਬ ਹੈਰਾਨ ਹਾਂ ਇਹਨਾਂ ਲੋਕਾਂ ਦੇ ਉੱਤੇ, ਮਤਲਬ ਇਹਨਾਂ ਨੂੰ ਬਿਲਕੁਲ ਵੀ ਸ਼ਰਮ ਅਤੇ ਹਯਾ ਖਤਮ ਹੋ ਗਈ ਇਹਨਾਂ ਦੀ। ਤੁਹਾਨੂੰ ਸਿਰਫ ਲਾਈਕਸ ਚਾਹੀਦੇ ਆ, ਤੁਹਾਨੂੰ ਸਿਰਫ ਕਮੈਂਟਸ ਚਾਹੀਦੇ ਆ, ਤੁਸੀਂ ਕਿਸੇ ਵੀ ਕਲਾਕਾਰ ਨੂੰ ਤੁਸੀਂ ਭੰਡ ਦਿੰਦੇ ਹੋ। ਮਤਲਬ ਤੁਹਾਡਾ ਮਨ ਕਹਿੰਦਾ, ਤੁਹਾਡਾ ਦਿਲ ਕਹਿੰਦਾ ਕਿ ਮੈਂ ਕਿਸੇ ਗੁਰੂ ਦੀ, ਜਿਸ ਗੁਰੂ ਨੂੰ ਮੈਂ ਸਵੇਰੇ ਸ਼ਾਮੀ ਆਪਣੇ ਮਨ 'ਚ ਰੱਖਦਾ, ਆਪਣੇ ਧਿਆਨ 'ਚ ਰੱਖਦਾ, ਮੇਰੇ ਗਾਣਿਆਂ ਦੇ ਵਿੱਚ ਮੇਰਾ ਮਾਲਕ ਬੋਲਦਾ, ਠੀਕ ਹੈ। ਕਿੰਨੇ ਇਹੋ ਜਿਹੇ ਗਾਣੇ ਨੇ ਜਿਹੜੇ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਜਾਂ ਆਪਣੇ ਗੁਰੂਆਂ ਨੂੰ, ਆਪਣੇ ਪੀਰਾਂ ਨੂੰ ਸਜਦਾ ਕਰਦਾ। ਸੋ ਤੁਹਾਨੂੰ ਲੱਗਦਾ ਕਿ ਮੈਂ ਇੱਦਾਂ ਦੀ ਗਲਤੀ ਕਰ ਸਕਦਾ ਜਾਂ ਇੱਦਾਂ ਦਾ ਇੰਟੈਂਸ਼ਨ ਲੈ ਕੇ ਕੋਈ ਗੱਲ ਕਰ ਸਕਦਾ? ਸੋ SGPC ਦਾ ਵੀ ਬਿਆਨ ਆ ਜਾਂਦਾ ਕਿ ਬਈ ਮੇਰੇ 'ਤੇ ਪਰਚਾ ਕੀਤਾ ਜਾਵੇ, ਬਿਲਕੁਲ ਕੀਤਾ ਜਾਵੇ। ਜੇ ਮੈਂ ਕੋਈ ਗਲਤੀ ਕੀਤੀ ਆ ਤਾਂ ਪਰਚਾ ਤਾਂ ਬਹੁਤ ਛੋਟੀ ਚੀਜ਼ ਆ, ਤੁਸੀਂ ਮੈਨੂੰ ਗੋਲੀ ਵੀ ਮਾਰ ਸਕਦੇ। ਆ ਗਿਆ ਸੀ, ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਕਿ ਵੀ ਐਟਲੀਸਟ ਤੁਸੀਂ ਜਿੰਨੇ ਵੀ ਚੈਨਲ ਆ, ਤੁਹਾਨੂੰ ਮਾੜੀ ਮੋਟੀ ਅਕਲ ਤਾਂ ਹੋਣੀ ਚਾਹੀਦੀ ਹੈ ਨਾ, ਵੀ ਤੁਸੀਂ ਜਿਸ ਕਲਾਕਾਰ ਦੇ ਨਾਲ ਜੁੜੀ ਹੋਈ ਚੀਜ਼ ਤੁਹਾਡੇ ਸਾਹਮਣੇ ਆ ਰਹੀ ਹੈ, ਤੁਸੀਂ ਉਹਦਾ ਸਪਸ਼ਟੀਕਰਨ 'ਤੇ ਮੰਗੋ, ਤੁਸੀਂ ਉਹਨੂੰ ਫੋਨ 'ਤੇ ਕਰੋ ਕਿ ਤੁਸੀਂ ਭਾਅ ਜੀ ਇੱਦਾਂ ਦੀ ਕੋਈ ਗੱਲ ਕਰੀ ਹੈ। ਇੱਕ ਛੋਟੀ ਜਿਹੀ ਜਰਨਲੀ ਬੋਲੀ ਹੋਈ ਚੀਜ਼ ਤੁਸੀਂ ਉਹਨੂੰ ਬੇਅਦਬੀ ਕੀਤੀ ਆ, ਮੈਂ ਆਪਣੇ ਗੁਰੂ ਪੀਰ ਦੀ ਬੇਅਦਬੀ, ਮੈਂ ਨਾ, ਮੇਰੀ ਨਾ ਉਹ ਪਰਵਰਿਸ਼ ਆ, ਨਾ ਮੈਂ ਇਹੋ ਜਿਹੇ ਮਾਹੌਲ 'ਚ ਜੰਮਿਆ ਪਲਿਆ, ਮੇਰਾ ਗੁਰੂ ਨਾਨਕ ਪਾਤਸ਼ਾਹ ਹੀ ਮੇਰੇ ਲਈ ਸਾਰਾ ਕੁਛ ਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੀ ਹਰ ਇੰਟਰਵਿਊ ਦੇ ਵਿੱਚ ਉਹਦਾ ਨਾਮ ਹੁੰਦਾ, ਉਹਨਾਂ ਦੀ ਉਤਸਤ ਮੈਂ ਕਰਦਾ ਰਹਿੰਦਾ। ਔਰ ਸਤਿਗੁਰੂ ਨਾਨਕ ਸਭਨਾ ਉੱਤੇ ਮਿਹਰ ਕਰੀ, ਇਹੋ ਜਿਹੇ ਗਾਣੇ ਵੀ ਮੈਂ ਗਾਉਣ ਦੀ ਟਰਾਈ ਕਰਦਾ ਹਮੇਸ਼ਾ, ਕਿਉਂਕਿ ਮੈਂ ਉਹਨੂੰ ਆਪਣੇ ਮਨ 'ਚ ਰੱਖਦਾ। ਸੋ ਤੁਹਾਨੂੰ ਸ਼ਰਮ ਅਤੇ ਹਯਾ ਹੋਣੀ ਚਾਹੀਦੀ ਥੋੜ੍ਹੀ ਜਿਹੀ। ਮਤਲਬ ਮੈਨੂੰ ਤਾਂ ਗੁੱਸਾ ਆ ਰਿਹਾ ਕਿ ਤੁਹਾਨੂੰ ਮੈਂ ਮਤਲਬ ਜਿੰਨੀਆਂ ਗੰਦੀਆਂ ਹੋ ਸਕਦੀਆਂ ਗਾਲਾਂ ਕੱਢਾਂ, ਪਰ ਮੈਂ ਸਿੱਖਿਆ ਨਹੀਂ ਇਹੋ ਜਿਹਾ ਕੁਛ, ਹੈ ਨਾ। ਮੈਂ ਇਸ ਸਮਾਜ ਲਈ, ਇਸ ਪੰਜਾਬ ਲਈ ਜਿੰਨਾ ਵੀ ਬੈਟਰ ਹੋ ਸਕਦਾ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇ ਕੋਈ ਲੋੜਵੰਦ ਬੰਦਾ ਹੁੰਦਾ, ਜਿੰਨੇ ਜੋਗਾ ਮੈਂ ਹੈਗਾ, ਜਿੰਨੀ ਮੇਰੀ ਔਕਾਤ ਹੈਗੀ ਆ, ਉਸ ਤੋਂ ਵੱਧ ਉਹਦੇ ਨਾਲ ਖੜ੍ਹਨ ਦੀ ਕੋਸ਼ਿਸ਼ ਕਰਦਾ। ਮੈਂ ਗੁਰੂ ਮਹਾਰਾਜ ਦੇ ਵਿੱਚ ਮੇਰੀ ਆਸਥਾ ਆ, ਤੁਸੀਂ ਇਸ ਗੱਲ ਨੂੰ ਤਾਂ ਕਦੀ ਨਹੀਂ ਤੁਸੀਂ ਜਾਣਦੇ, ਨਾ ਮੈਂ ਇਹਨਾਂ ਚੀਜ਼ਾਂ ਨੂੰ ਕਦੀ ਮਾਰਕੀਟ ਕੀਤਾ, ਨਾ ਇਹਨਾਂ ਚੀਜ਼ਾਂ ਨੂੰ ਕਦੀ ਮੈਂ ਪ੍ਰਮੋਟ ਕੀਤਾ। ਮੈਂ ਹੁਣ ਤੱਕ ਮੇਰੇ ਹਿੱਸੇ ਆਈਆਂ 2 ਯਾਤਰਾਵਾਂ, ਮੈਂ ਜਲੰਧਰ ਤੋਂ ਚੱਲ ਕੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਠੀਕ ਹੈ। 2 ਵਾਰੀ ਮੈਂ ਜਲੰਧਰ ਤੋਂ ਪੈਦਲ ਚੱਲ ਕੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਇਸੇ ਕਰਕੇ ਕਿ ਮੇਰੇ ਮਨ 'ਚ ਇੱਕ ਭਾਵਨਾ ਹੈ ਉਹਦੇ ਲਈ। ਇਹ ਨਹੀਂ ਹੈਗਾ ਕਿ ਕਿਤੇ ਲਿਖਿਆ ਕਿ ਤੁਸੀਂ ਤੁਰ ਕੇ ਜਾਂਦੇ ਹੋ ਅਤੇ ਜ਼ਿਆਦਾ ਗੁਰੂ ਦੇ ਨੇੜੇ ਹੁੰਦੇ ਹੋ, ਇੱਦਾਂ ਵੀ ਨਹੀਂ ਮੈਂ ਕਹਿੰਦਾ। ਪਰ ਮੇਰੇ ਅੰਦਰ ਭਾਵਨਾ ਸੀ ਕਿ ਮੈਂ ਚੱਲ ਕੇ ਜਾਣਾ, ਆਪਣੇ ਸਰੀਰ ਨੂੰ ਇੱਕ ਤਕਲੀਫ ਦੇ ਕੇ ਉੱਥੇ ਤੱਕ ਪਹੁੰਚਣਾ। ਸੋ ਮੈਂ ਤਾਂ ਉਸ ਸੁਭਾਅ ਦਾ ਬੰਦਾ ਯਾਰ, ਤੁਸੀਂ ਕਿੱਧਰ ਨੂੰ ਲਈ ਜਾਂਦੇ ਹੋ, ਕਿਉਂ ਇਮੇਜ ਖਰਾਬ ਕਰਦੇ ਹੋ ਕਿਸੇ ਦੀ? ਸ਼ਰਮ ਅਤੇ ਹਯਾ ਕਰੋ, ਕੋਈ ਲਾਣਤ ਭੇਜਦਾ ਮੈਂ ਤੁਹਾਡੇ 'ਤੇ ਦੋਨਾਂ ਹੱਥਾਂ ਨਾਲ। ਤੁਸੀਂ ਜ਼ਿੰਮੇਵਾਰ ਲੋਕ ਨਹੀਂ ਹੋ, ਤੁਸੀਂ ਜ਼ਿੰਮੇਵਾਰੀ ਨਾਲ ਕੰਮ ਕਰੋ। ਮੇਰੇ ਗੀਤ ਪਹਿਲਾਂ ਸੁਣੋ ਜਾ ਕੇ, ਹੀ ਖਰੀਦ ਲਈ ਜੁੱਤੀ ਵੀ ਹਜ਼ਾਰਾਂ ਵਾਲੀ ਪਾਉਂਦਾ, ਮਾੜਾ ਸੋਚਦਾ ਹੀ ਰਹਿੰਦਾ ਕਦੋਂ ਲੱਗੂਗੀ ਦੁਕਾਨਾਂ ਉੱਤੇ ਸੇਲ ਸੱਜਣਾ। ਸੋ ਮੈਂ ਉਸ ਸੁਭਾਅ ਦਾ ਬੰਦਾ, ਵਾਹ ਰੰਗੀਆਂ ਤੇਰੇ ਰੰਗ, ਕਈਆਂ ਨੂੰ ਦਿੱਤੀਆਂ 2-2 ਗੱਡੀਆਂ, ਕੋਈ ਸਾਈਕਲ ਤੋਂ ਵੀ ਤੰਗ,
ਠੀਕ ਹੈ, ਜਿਨ੍ਹਾਂ ਪੁੱਤਰਾਂ ਨੇ ਆਪਣੇ ਹੀ ਮਾਪੇ ਘਰੋਂ ਕੱਢੇ, ਜਦੋਂ ਹੋ ਜਾਣਾ ਉਹਨਾਂ ਵੀ ਸਿਆਣੇ ਪਤਾ ਲੱਗੂ, ਚੰਦ ਸਿੱਕਿਆਂ ਲਈ ਜਿਹੜੇ ਲੋਕ ਵੇਚਣ ਸਮੈਕਾਂ, ਜਦੋਂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ। ਰੱਬ ਵਰਸਸ ਇਨਸਾਨ ਹੋਣਾ ਆ, ਤੁਹਾਨੂੰ ਪਤਾ ਹੈ, ਤੁਸੀਂ ਸਾਰਿਆਂ ਨੇ ਐਪਰੀਸ਼ੀਏਟ ਵੀ ਕੀਤਾ। ਸੋ ਮੈਂ ਉਸ ਸੁਭਾਅ ਦਾ ਬੰਦਾ ਯਾਰ, ਤੁਸੀਂ ਤਾਂ ਕਿਸੇ ਨੂੰ ਵੀ ਕਿਸੇ ਵੀ ਪਲ ਬਦਨਾਮ ਕਰ ਦਿੰਦੇ ਹੋ ਬਿਨਾਂ ਕਿਸੇ ਕਨਫਰਮੇਸ਼ਨ ਦੇ, ਬਿਨਾਂ ਕਿਸੇ। ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਦਾਂ ਦਾ ਆ, ਤੁਸੀਂ ਮੇਰਾ ਵਿਅਕਤੀਤਵ ਜਾਣਦੇ ਹੋ ਤੁਸੀਂ, ਮੈਂ ਕੌਣ ਆ, ਮੈਂ ਕਿੱਦਾਂ ਦਾ ਆ, ਮੇਰੀ ਸੋਚ ਕੀ ਹੈ, ਮੇਰੀ ਮੈਂ ਆਪਣੇ ਪੰਜਾਬ ਲਈ, ਆਪਣੀ ਪੰਜਾਬੀਅਤ ਲਈ, ਆਪਣੇ ਗੁਰੂਆਂ ਪੀਰਾਂ ਲਈ ਕੀ ਸੋਚਦਾ ਹਾਂ। ਮੈਂ ਤਾਂ ਜਿਹੜੇ ਚੰਗੇ ਕਲਾਕਾਰ ਨੇ, ਜਿਹੜੇ ਚੰਗੇ ਲਿਖਦੇ ਨੇ, ਚੰਗੇ ਗਾਉਂਦੇ ਨੇ, ਜੇ ਉਹਨਾਂ ਨਾਲ ਮੇਰੀ ਵਿਚਾਰਧਾਰਾ ਸਾਂਝੀ ਨਹੀਂ ਹੁੰਦੀ ਤਾਂ ਮੈਂ ਉਹਨਾਂ ਖਿਲਾਫ਼ ਹੋ ਕੇ ਅਤੇ ਲੋਕਾਂ ਤੋਂ ਮਤਲਬ ਗਲਤ ਸ਼ਬਦਾਵਲੀ ਵੀ ਸੁਣਦਾ ਹਾਂ, ਠੀਕ ਹੈ ਨਾ। ਇਸ ਕਰਕੇ ਕਿ ਸਾਡੇ ਪੰਜਾਬ ਦਾ ਜਿਹੜਾ ਯੂਥ ਆ ਉਹ ਸਹੀ ਪਾਸੇ ਨੂੰ ਜਾਵੇ। ਅਤੇ ਤੁਸੀਂ ਕੀ ਕਰੀ ਜਾਂਦੇ ਹੋ ਯਾਰ, ਕਮਾਲ ਹੋ ਗਈ ਤੁਹਾਡੀ। ਤੁਹਾਨੂੰ ਬਸ ਕੰਟਰੋਵਰਸੀ ਚਾਹੀਦੀ ਹੈ, ਕੋਈ ਕਿਸੇ ਦੇ ਪਿੱਛੇ ਪੈ ਗਿਆ, ਕੋਈ ਕਿਸੇ ਦੇ ਪਿੱਛੇ ਪੈ ਗਿਆ, ਕੋਈ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ। ਅਸੀਂ ਸਾਡੀ ਉਹ ਕੌਮ ਹੈ ਨਹੀਂ ਜਿੱਦਾਂ ਦੇ ਤੁਸੀਂ ਹੁਣ ਕੰਮ ਕਰੀ ਜਾਂਦੇ ਹੋ। ਸਾਡੀ ਕੌਮ ਜੁਝਾਰੂਆਂ ਦੀ ਕੌਮ ਰਹੀ ਹੈ। ਸਾਡੀ ਕੌਮ ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ ਵਰਗੇ ਜਿਹੜੇ ਬੰਦੇ ਨੇ ਸਾਡੀ ਕੌਮ ਦੇ, ਸਾਡੇ ਵਾਰਿਸ ਹੋਏ ਨੇ। ਸੋ ਤੁਸੀਂ ਯਾਰ ਇੱਦਾਂ ਦੇ ਕੰਮ ਨਾ ਕਰੋ, ਮੇਰੀ ਤੁਹਾਨੂੰ ਰਿਕੁਐਸਟ ਆ। ਬਾਕੀ ਰਹੀ ਗੱਲ ਸਜ਼ਾ ਦੀ, ਇਹ ਦੋ ਲਾਈਨਾਂ ਤੋਂ ਇਲਾਵਾ ਜੇ ਕੋਈ ਕਹਿ ਦੇਵੇ ਕਿ ਮੈਂ ਕੋਈ ਤੀਜੀ ਲਾਈਨ ਬੋਲੀ ਆ, ਔਰ ਉਹ ਮੇਰਾ ਪਿਓ ਆ, ਠੀਕ ਹੈ, ਮੇਰਾ ਉਹ ਗੁਰੂ ਪੀਰ ਆ ਜਿਹਦਾ ਮੈਂ 24 ਆਵਰ ਨਾਮ ਆਪਣੇ ਧਿਆਨ 'ਚ ਰੱਖਦਾ, ਰਾਤ ਨੂੰ ਸ਼ਾਮ ਨੂੰ ਮਹਾਰਾਜ ਦਾ ਨਾਮ ਲੈ ਕੇ ਸੋਨਾ। ਚਲੋ ਕਿਸੇ 'ਤੇ ਅਹਿਸਾਨ ਨਹੀਂ ਕਰਦਾ, ਮੈਂ ਆਪਣੀ ਰੂਹ ਲਈ ਕਰਦਾ, ਠੀਕ ਹੈ ਨਾ, ਉਹਦਾ ਨਾਮ ਲੈ ਕੇ ਸੋਨਾ। ਸੋ ਮੈਂ ਉਹਦੇ ਲਈ ਕਦੀ ਸੋਚ ਵੀ ਨਹੀਂ ਸਕਦਾ ਕਿ ਮੈਂ ਉਹਦੇ ਖਿਲਾਫ਼, ਉਹਨਾਂ ਦੇ ਖਿਲਾਫ਼ ਕੋਈ ਗੱਲ ਜਾਂ ਕੋਈ ਸ਼ਬਦ ਬੋਲਾਂਗਾ, ਠੀਕ ਹੈ। ਮੈਂ ਬਸ ਇਹੀ ਤੁਹਾਨੂੰ ਕਹੂੰਗਾ ਕਿ ਅਸੀਂ ਕਲਾਕਾਰ ਲੋਕ ਤਾਂ ਹੁਣ ਡਰਨ ਲੱਗੇ ਹਾਂ ਯਾਰ। ਸੱਚਾਈ ਇਹ ਆ ਕਿ ਅਸੀਂ ਕੁਛ ਵੀ ਕਹਿਣ ਤੋਂ, ਸਿਫਤ ਕਰਨ ਤੋਂ ਵੀ ਡਰਨ ਲੱਗ ਗਏ ਹਾਂ ਕਿ ਯਾਰ ਸਿਫਤ ਦੇ ਵਿੱਚੋਂ ਵੀ ਕੋਈ ਇਹੋ ਜਿਹੀ ਗੱਲ ਨਾ ਤੁਸੀਂ ਲੱਭ ਲਓ ਕਿ ਵੀ। ਅੱਛਾ, ਦੂਸਰੀ ਗੱਲ ਇਹ ਆ ਕਿ ਜਿੰਨੇ ਵੀ ਲੋਕ ਕਮੈਂਟ ਕਰਦੇ ਹੋਣਗੇ ਉਹਨਾਂ ਨੂੰ ਕੁਛ ਨਹੀਂ ਪਤਾ ਕਿ ਗੱਲ ਹੋਈ ਕੀ ਆ। ਤੁਸੀਂ ਪਹਿਲਾਂ ਕਲਿੱਪ ਜਾ ਕੇ ਸੁਣੋ। ਪਹਿਲੀ ਗੱਲ ਤਾਂ ਮੈਂ ਜਾਂਦੇ, ਮੈਨੂੰ ਲੱਗਿਆ ਕਿ ਯਾਰ ਇਹਦੇ ਨਾਲ ਐਵੇਂ ਇਸ਼ੂ ਬਣੂੰਗਾ ਕਾਹਦੇ ਵਾਸਤੇ, ਮੈਂ ਡਿਲੀਟ ਕਰਤੀ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਉਹੀ ਗੱਲਾਂ ਮੈਂ ਕਹੀਆਂ। ਸੋ ਇਹ ਜਿਹੜੇ ਚੈਨਲਸ ਨੇ ਇਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਥੋੜ੍ਹੀ ਬਹੁਤ ਰਿਸਪੋਂਸੀਬਿਲਿਟੀ, ਜ਼ਿੰਮੇਵਾਰੀ ਤੁਹਾਡੀ ਬਣਦੀ ਆ ਸਮਾਜ ਵਾਸਤੇ, ਉਹਨੂੰ ਸਹੀ ਤਰੀਕੇ ਕਰੋ। ਨਿੱਕੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਨਾ ਤੁਸੀਂ ਪੇਸ਼ ਕਰਿਆ ਕਰੋ, ਸਿਰਫ ਇਸ ਕਰਕੇ ਕਿ ਤੁਹਾਨੂੰ 4 ਕਮੈਂਟਸ, ਤੁਹਾਨੂੰ 4 ਸ਼ੇਅਰਿੰਗ ਮਿਲ ਜੂਗੀ। ਉਹਦੇ ਨਾਲ ਕਿਸੇ ਦਾ ਕੈਰੀਅਰ ਵੀ ਖਰਾਬ ਹੋ ਸਕਦਾ, ਠੀਕ ਹੈ, ਕਿਸੇ ਦੀ ਲਾਈਫ ਵੀ ਜਾ ਸਕਦੀ, ਕਿਸੇ ਦੀ ਜ਼ਿੰਦਗੀ ਵੀ ਜਾ ਸਕਦੀ ਹੈ, ਕਿਉਂਕਿ ਇਹ ਵਿਸ਼ੇ ਜਿਹੜੇ ਨੇ ਇਹ ਬਹੁਤ ਨਾਜ਼ੁਕ ਵਿਸ਼ੇ ਆ। ਔਰ ਮੈਂ ਹਮੇਸ਼ਾ ਆਪਣੇ ਗੁਰੂਆਂ ਦਾ, ਜੋ ਮੇਰੀ ਮਾਂ ਨੇ, ਜੋ ਮੇਰੇ ਪਿਓ ਨੇ ਮੈਨੂੰ ਸਿਖਾਇਆ ਕਿ ਮੈਂ ਹਰੇਕ ਆਪਣੇ ਤੋਂ ਵੱਡੇ ਦਾ ਅਦਬ ਕਰਦਾ। ਗੁਰੂ ਤਾਂ ਬਹੁਤ ਬਹੁਤ ਮਹਾਨ ਗੱਲ ਆ, ਗੁਰੂ ਦੇ ਬਾਰੇ ਗੱਲ ਕਰਨ ਦੀ। ਮੈਂ ਕਿਸੇ ਆਪਣੇ ਤੋਂ ਵੱਡੇ ਦੇ ਖਿਲਾਫ਼ ਨਹੀਂ ਕਦੀ ਗੱਲ ਕਰਦਾ, ਇੱਜ਼ਤ ਕਰਦਾ ਸਾਰਿਆਂ ਦੀ, ਠੀਕ ਹੈ ਨਾ। ਛੋਟੇ ਜੇ ਕਦੀ ਗਲਤ ਜਾਣ ਦੀ ਕੋਸ਼ਿਸ਼ ਕਰਦੇ ਤਾਂ ਮੈਂ ਉਹਨਾਂ ਨੂੰ ਸਮਝਾਉਂ, ਇੱਕ ਅੱਧੀ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰੀ ਦੀ ਹੈ, ਸਮਝੇ ਸਮਝੇ ਨਾ ਸਮਝੇ ਨਾ ਸਮਝੇ। ਸੋ ਕਹਿਣ ਦਾ ਭਾਵ ਕਿ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਭਾਈ ਇੱਦਾਂ ਦਾ ਆਪਾਂ ਕੁਛ ਨਹੀਂ ਕਰਿਆ, ਨਾ ਮੈਂ ਇੰਨੀ ਮੇਰੀ ਹੈਸੀਅਤ, ਨਾ ਮੇਰੀ ਇੰਨੀ ਔਕਾਤ ਕਿ ਮੈਂ ਕਿਸੇ ਗੁਰੂ ਪੀਰ ਦੇ ਲਈ ਕੁਛ ਗਲਤ ਸ਼ਬਦਾਵਲੀ ਯੂਜ ਕਰ ਸਕਾਂ। ਸੋ ਮੈਂ ਤੁਹਾਨੂੰ ਬਹੁਤ ਸਾਰਿਆਂ ਨੂੰ ਸਤਿਕਾਰ ਕਰਦਾ, ਤੁਹਾਡਾ ਤੁਹਾਨੂੰ ਪਿਆਰ ਕਰਦਾ, ਔਰ ਤੁਹਾਡੇ ਤੋਂ ਪਹਿਲਾਂ ਮੈਂ ਆਪਣੇ ਗੁਰੂ ਨੂੰ ਧਿਆਉਣਾ, ਆਪਣੇ ਗੁਰੂ ਦਾ, ਆਪਣੇ ਪੀਰ ਦਾ, ਆਪਣੇ ਮਾਪਿਆਂ ਦਾ ਦਿਲੋਂ ਸਤਿਕਾਰ ਕਰਦਾ। ਲਵ ਯੂ ਆਲ ਹੈ, ਗੋਡ ਬਲੈਸ ਯੂ ਹੈ, ਔਰ ਉਹ ਦੋਨਾਂ ਤਿੰਨਾਂ ਚੈਨਲਾਂ ਨੂੰ ਆਪਣੇ ਵੱਲੋਂ ਇੱਕ ਵਾਰੀ ਫਿਰ ਲਾਣਤ ਭੇਜਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰੀਤ ਹਰਪਾਲ।